ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਡੇਅਰੀ ਫਾਰਮਰਸ ਦੇ ਲਈ ਜਿਹੜੀਆਂ ਨੇ ਸੈਂਟਰ ਦੇ ਵਿੱਚ ਵੀ ਅਤੇ ਪੰਜਾਬ ਵੱਲੋਂ ਵੀ ਅਲੱਗ ਅਲੱਗ ਸਕੀਮਸ ਜਿਹੜੀਆਂ ਚੱਲ ਰਹੀਆਂ ਨੇ, ਜਿਸ ਤਰ੍ਹਾਂ ਅੱਜ ਕੱਲ੍ਹ ਅਸੀਂ ਦੇਖਿਆ ਸੀ ਵੀ ਲੰਬੀ ਸਕਿਨ ਡਿਜ਼ੀਜ਼ ਜਿਹੜੀ ਹੈ ਬਹੁਤ ਜ਼ਿਆਦਾ ਆਈ, ਗਾਵਾਂ ਦਾ ਵਿੱਚ ਕਾਫੀ ਜ਼ਿਆਦਾ ਇਹ ਡਿਜ਼ੀਜ਼ ਆਈ, ਬਿਮਾਰੀ ਆਈ, ਅਤੇ ਉਹਦੇ ਕਰਕੇ ਗਾਵਾਂ ਦੇ ਸਰੀਰ ਦੇ ਉੱਪਰ ਛੋਟੇ ਛੋਟੇ ਦਾਣੇ ਹੁੰਦੇ ਸੀ, ਦੁੱਧ ਇੱਕਦਮ ਸੁੱਕ ਜਾਂਦਾ ਸੀ, ਕਮਜ਼ੋਰ ਹੁੰਦੇ ਸੀ, ਬਹੁਤ ਹਾਈ ਬੁਖਾਰ ਸੀ, ਟੈਂਪਰੇਚਰ ਇੱਕਦਮ ਰਾਈਜ਼ ਕਰ ਜਾਂਦਾ ਸੀ। ਸੋ ਉਸ ਸਟੇਜ ਦੇ ਵਿੱਚ ਇੱਕਦਮ ਪੰਜਾਬ ਸਰਕਾਰ ਨੇ ਐਕਸ਼ਨ ਲੈਂਦੇ ਹੋਏ ਜਿਹੜਾ ਇਮੀਡੀਏਟਲੀ ਉਹਦੀ ਵੈਕਸੀਨ ਜਿਹੜੀ ਪ੍ਰੋਵਾਈਡ ਕਰਵਾਈ ਹੈ, ਸਾਡੇ ਮਾਨਯੋਗ ਮੰਤਰੀ ਸਾਹਿਬ ਲਾਲਜੀਤ ਸਿੰਘ ਭੁੱਲਰ ਜੀ, ਸਾਡੇ ਸੈਕਟਰੀ ਸਾਹਿਬ ਸ਼੍ਰੀ ਵਿਕਾਸ ਪ੍ਰਤਾਪ ਜੀ ਐਂਡ ਡਾਇਰੈਕਟਰ ਡਾਕਟਰ ਸੁਭਾਸ਼ ਜੀ, ਇਹਨਾਂ ਦੀ ਟੀਮ ਨੇ ਸਾਰਿਆਂ ਨਾਲ ਰਲ ਕੇ, ਨੋਡਲ ਅਫਸਰ ਡਾਕਟਰ ਰਾਮਪਾਲ ਜੀ ਨੂੰ ਬਣਾਇਆ ਗਿਆ ਮਿੱਤਲ ਜੀ ਨੂੰ, ਔਰ ਇਹ ਰਲ ਕੇ ਇੱਕ ਟੀਮ ਇੱਕ ਬਣੀ ਜਿਨ੍ਹਾਂ ਨੇ ਇਮੀਡੀਏਟਲੀ ਵੈਕਸੀਨ ਜਿਹੜੀ ਪ੍ਰੋਕਿਓਰ ਕੀਤੀ ਜੀ। ਵੈਕਸੀਨ ਪ੍ਰੋਕਿਓਰ ਕਰਕੇ ਜਦੋਂ ਜਿਸ ਤਰ੍ਹਾਂ ਹੀ ਕਿਤੇ ਡਿਜ਼ੀਜ਼ ਸਾਨੂੰ ਲੱਗਾ, ਪਤਾ ਚੱਲੀ ਹੈ, ਇਮੀਡੀਏਟਲੀ ਜਿਹੜੀ ਵੈਕਸੀਨ ਲੁਧਿਆਣਾ ਪੰਜਾਬ ਵੈਟਨਰੀ ਵੈਕਸੀਨ ਇੰਸਟੀਚਿਊਟ ਕੋਲੋਂ ਪ੍ਰੋਵਾਈਡ ਕੀਤੀ ਗਈ, ਔਰ ਨਾਲ ਦੀ ਨਾਲ ਹੀ ਜਿਹੜੇ ਹੈਲਦੀ ਐਨੀਮਲ ਸੀ ਉਹਨਾਂ ਦੇ ਵਿੱਚ ਇਹ ਵੈਕਸੀਨੇਸ਼ਨ ਕੀਤੀ ਗਈ। ਕਿਉਂਕਿ ਜਿਹੜਾ ਪਸ਼ੂ ਬਿਮਾਰ ਸੀ ਉਹਦਾ ਤਾਂ ਇਲਾਜ ਜਿਹੜਾ ਸੀ ਵਿਭਾਗ ਵੱਲੋਂ ਕੀਤਾ ਜਾ ਰਿਹਾ ਸੀ, ਪਰ ਜਿਹੜੇ ਪਸ਼ੂ ਦੇ ਵਿੱਚ ਬਿਮਾਰੀ ਨਹੀਂ ਸੀ, ਜਿਹੜੀ ਕਿ ਜਿਵੇਂ ਇੱਕ ਘਰ ਦੇ ਵਿੱਚ ਸਪੋਜ਼ ਕਰੋ ਕੁਛ ਪਸ਼ੂਆਂ ਨੂੰ ਬਿਮਾਰੀ ਆ ਗਈ, ਪਰ ਉਸ ਘਰ ਦੇ ਵਿੱਚ ਵੈਕਸੀਨੇਸ਼ਨ ਨਹੀਂ ਸੀ ਹੋ ਸਕਦੀ, ਨਾਲ ਦੇ ਘਰਾਂ ਦੇ ਵਿੱਚ ਵੈਕਸੀਨੇਸ਼ਨ ਕਰਕੇ ਜਿਹੜਾ ਉਹਨਾਂ ਦੇ ਜਿਹੜੇ ਜੀਵ ਨੇ ਉਹਨਾਂ ਨੂੰ ਜਿਹੜਾ ਇਸ ਬਿਮਾਰੀ ਤੋਂ ਬਚਾਇਆ ਗਿਆ। ਇਮੀਡੀਏਟਲੀ ਕੋਡਪੋਕਸ ਵੈਕਸੀਨ ਜਿਹੜੀ ਬਹੁਤ ਹੀ ਜਲਦੀ ਜਿਹੜੀ ਪ੍ਰੋਕਿਓਰ ਕਰ ਲਈ ਗਈ, ਔਰ ਜਿਹੜਾ ਕਪੂਰਥਲਾ ਜ਼ਿਲ੍ਹਾ ਇਹਦੇ ਵਿੱਚ 25,264 ਦੇ ਕਰੀਬ ਡੋਜ਼ਾਂ ਜਿਹੜੀਆਂ ਨੇ ਅਸੀਂ ਖੁਰਾਕਾਂ ਕੋਡਪੋਕਸ ਵੈਕਸੀਨ ਦੀਆਂ ਲਗਾਈਆਂ ਗਈਆਂ, ਔਰ ਕਾਫੀ ਜਿਹੜਾ ਪਸ਼ੂ ਧਨ ਦਾ ਨੁਕਸਾਨ ਹੈ ਉਹ ਬਚਾ ਲਿਆ ਗਿਆ, ਔਰ ਜਿਹੜੇ ਬਿਮਾਰ ਸੀ ਉਹਨਾਂ ਦਾ ਇਲਾਜ ਕੀਤਾ ਗਿਆ। ਇਸ ਦੇ ਲਈ ਵੀ ਪੰਜਾਬ ਸਰਕਾਰ ਵੱਲੋਂ ਜਿਹੜੀ ਸਾਨੂੰ ਮੈਡੀਸਿਨਸ ਦਿੱਤੀਆਂ ਗਈਆਂ, ਪਹਿਲਾਂ 3 ਲੱਖ ਦੀਆਂ ਮੈਡੀਸਿਨਸ ਆਈਆਂ, ਫਿਰ ਦੁਬਾਰਾ 3 ਲੱਖ ਦੀਆਂ ਮੈਡੀਸਿਨਸ ਦਿੱਤੀਆਂ ਗਈਆਂ ਨੇ, ਜਿਹੜੀਆਂ ਕਿ ਵੱਖ ਵੱਖ ਤਹਿਸੀਲਾਂ ਦੇ ਵਿੱਚ ਵੰਡ ਕੇ ਜਿਹੜਾ ਇਹਨਾਂ ਦਾ ਇਲਾਜ ਕੀਤਾ ਗਿਆ। ਇਸ ਦੇ ਨਾਲ ਹੀ ਜਿਹੜਾ ਇੱਕ ਸਕੀਮ ਚੱਲ ਰਹੀ ਹੈ KCC ਦੀ, ਕਿਸਾਨ ਕ੍ਰੈਡਿਟ ਕਾਰਡ, ਉਹਦੇ ਵਿੱਚ ਜਿਹੜੇ ਮੇਰੇ ਪਸ਼ੂ ਪਾਲਕ ਵੀਰ ਨੇ ਜਿਨ੍ਹਾਂ ਦੇ ਕੋਲ 2 ਪਸ਼ੂ ਨੇ ਤਾਂ ਉਹ ਇਸ ਸਕੀਮ ਦੇ ਨਾਲ ਅਪਲਾਈ ਕਰ ਸਕਦੇ ਆ, ਉਹਨਾਂ ਕੋਲ 2 ਪਸ਼ੂ ਹੋਣੇ ਜ਼ਰੂਰੀ ਹੈ। 1,60,000 ਦਾ ਜਿਹੜਾ ਉਹਨਾਂ ਦਾ ਉਹਨਾਂ ਨੂੰ ਮਿਲਣਾ, ਜਿਹੜਾ ਕ੍ਰੈਡਿਟ ਮਿਲਣਾ ਉਹਨਾਂ ਦੇ ਅਕਾਊਂਟ ਦੇ ਵਿੱਚ, ਔਰ ਇਸ ਦੇ ਉੱਪਰ 7% ਵਿਆਜ ਹੈ ਸਿਰਫ, ਅਤੇ ਜੇ ਉਹ ਜਦੋਂ ਕਿਸ਼ਤ ਮੋੜਦੇ ਹੈ ਉਹ ਬਿਲਕੁਲ ਟਾਈਮ ਸਿਰ ਚੱਲਦੀ ਰਹਿੰਦੀ ਹੈ, ਤਾਂ ਸਾਲ ਦੇ ਬਾਅਦ 3% ਉਹਦੇ 'ਤੇ ਛੋਟ ਵੀ ਹੈ। ਸੋ ਦੇਖਿਆ ਜਾਏ 4% ਵਿਆਜ ਦੇ ਨਾਲ 1,60,000 ਰੁਪਇਆ ਜਿਹੜਾ ਉਹ ਵਰਤ ਸਕਦੇ ਹੈ, ਜਿਹੜੀਆਂ ਕਿ ਪਸ਼ੂ ਪਾਲਣ ਦੇ ਨਾਲ ਰਿਲੇਟਿਡ ਐਕਟੀਵਿਟੀਜ਼ ਨੇ, ਉਹਦੇ ਲਈ ਫੀਡ ਖਰੀਦ ਲੈਣ, ਪਸ਼ੂਆਂ ਦੇ ਲਈ ਕੁਝ ਹੋਰ ਚੀਜ਼ ਲੈਣੀ ਹੈ, ਸੋ ਇਹਨਾਂ ਚੀਜ਼ਾਂ ਦੇ ਲਈ ਉਹ 1,60,000 ਰੁਪਇਆ ਜਿਹੜਾ ਵਰਤ ਸਕਦੇ ਆ। ਇਸ ਦੇ ਨਾਲ ਹੀ ਹੁਣ ਇੱਕ ਸਕੀਮ ਨੈਸ਼ਨਲ ਲਾਈਫ ਸਟਾਕ ਮਿਸ਼ਨ ਦੇ ਅੰਡਰ ਵੀ ਆਈ ਹੈ, ਜਿਹਦੇ ਵਿੱਚ ਅਸੀਂ ਜ਼ਿਲ੍ਹੇ ਵਿੱਚੋਂ 30 ਬੈਨੀਫਿਸ਼ਰੀ ਜਿਹੜੇ ਸਿਲੈਕਟ ਕਰਨੇ ਨੇ, ਚਾਹੇ ਉਹ ਪ੍ਰੋਗਰੈਸਿਵ ਡੇਅਰੀ ਫਾਰਮਰ ਆ ਜਾਣ ਜਿਨ੍ਹਾਂ ਨੇ ਸ਼ੈਡਸ ਪਾਉਣੀਆਂ ਨੇ, ਜਾਂ ਕੋਈ ਮਿਲਕ ਚਿਲਿੰਗ ਸੈਂਟਰ ਹੈ, ਜਾਂ ਫੀਡ ਬਣਾਉਣ ਵਾਲੇ ਨੇ, ਉਹਨਾਂ ਦੇ ਵਿੱਚ ਵੀ ਜਿਹੜਾ ਸਬਸਿਡਾਈਜ਼ ਜੇ ਸਾਰਾ ਕੁਝ ਹੋਣਾ ਹੈ, ਔਰ 30 ਬੈਨੀਫਿਸ਼ਰੀ ਅਸੀਂ ਇਹਦੇ ਲਈ ਸਿਲੈਕਟ ਕਰਾਂਗੇ, ਜਿਨ੍ਹਾਂ ਦੀ ਕਿ ਲਿਸਟ ਭੇਜੀ ਜਾਏਗੀ, ਜਿਹੜੇ ਕਿ ਚਾਹਵਾਨ ਹੋਣਗੇ ਵੱਖ ਵੱਖ ਪਸ਼ੂ ਪਾਲਣ ਵਿਭਾਗ ਨਾਲ ਜਿਹੜੀਆਂ ਗਤੀਵਿਧੀਆਂ ਨੇ, ਰਿਲੇਟਿਡ ਗਤੀਵਿਧੀਆਂ ਨੇ, ਉਹਦੇ ਵਿੱਚ ਇਹ ਅਪਲਾਈ ਕਰ ਸਕਦੇ ਨੇ। ਸੋ ਹਰ ਇੱਕ ਇਸ ਦੇ ਨਾਲ ਮੂੰਹ ਖੁਰ ਦੀ ਬਿਮਾਰੀ ਹੈ ਉਸ ਤੋਂ ਵੀ ਬਚਾਉਣ ਦੇ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਜਿਹੜੀ ਮੁਫਤ ਹੈ ਉਹ ਵੈਕਸੀਨੇਸ਼ਨ ਕੀਤੀ ਜਾਂਦੀ ਹੈ, ਟੋਟਲੀ ਫਰੀ ਆਫ ਕੋਸਟ ਵੈਕਸੀਨ ਹੈ ਮੂੰਹ ਖੁਰ ਦੀ ਬਿਮਾਰੀ ਲਈ। ਹਾਂ, ਗਲਘੁੱਟ ਦੀ ਬਿਮਾਰੀ ਜਿਹੜੀ ਹੈ ਉਹ ਜਿਵੇਂ ਬਰਸਾਤਾਂ ਤੋਂ ਪਹਿਲਾਂ ਬਹੁਤ ਜ਼ਿਆਦਾ ਕਾਮਨ ਹੁੰਦੀ ਹੈ, ਸੋ ਉਹ ਪਸ਼ੂ ਪਾਲਣ ਵਿਭਾਗ ਵੱਲੋਂ ਵੈਕਸੀਨ ਲਗਾਈ ਜਾ ਰਹੀ ਹੈ। ਈਵਨ ਜਿਹਨਾਂ ਪਸ਼ੂਆਂ ਦੇ ਵਿੱਚ ਜੇ ਅਸੀਂ ਦੇਖਿਆ ਵੀ ਲੰਬੀ ਕਿਸੇ 'ਚ ਆਈ ਸੀ ਅਤੇ ਜਿਹੜੇ ਹੈਲਦੀ ਸੀ ਉਹਨਾਂ 'ਚ ਗਲਘੁੱਟ ਦੀ ਵੈਕਸੀਨ ਵੀ ਲੱਗ ਰਹੀ ਸੀ, ਸੋ ਉਹ ਉਸ ਤਰੀਕੇ ਨਾਲ ਤਾਂ ਜੋ ਉਹਨਾਂ ਨੂੰ ਇਸ ਜਿਹੜੀ ਨਾਮਰਾਦ ਬਿਮਾਰੀ ਤੋਂ ਵੀ ਬਚਾਇਆ ਜਾ ਸਕੇ। ਉਸ ਦੀ ਡੋਜ਼ ਸਿਰਫ 5 ਰੁਪਏ ਪ੍ਰਤੀ ਖੁਰਾਕ ਸੀ, ਬਾਕੀ ਸਾਰੀ ਜਿਹੜੀ ਇਹ ਵੈਕਸੀਨ ਹੈ ਇਹ ਫਰੀ ਆਫ ਕੋਸਟ ਹੈ। ਨਾਲ ਹੀ ਪਸ਼ੂ ਪਾਲਣ ਵਿਭਾਗ ਵੱਲੋਂ ਜਿਹੜੀ ਹੈ ਬਰੂਸੀਲੋਸਿਸ ਜਿਹੜੀ ਬਿਮਾਰੀ ਹੈ ਉਸ ਤੋਂ ਬਚਾਉਣ ਲਈ ਜਿਹੜੀ ਵੈਕਸੀਨ ਵੀ ਹੈ 4 ਮਹੀਨੇ ਤੋਂ ਉੱਪਰ ਦੇ ਜਿਹੜੇ ਜਾਨਵਰਾਂ ਨੂੰ, 4 ਤੋਂ ਨੋਰਮਲੀ 9-10 ਮਹੀਨੇ ਤੱਕ ਅਸੀਂ ਕਹਿੰਦੇ ਹਾਂ ਵੀ ਉਹਨਾਂ ਨੂੰ ਉਹ ਫੀਮੇਲ ਨੂੰ ਲਾਈਫ ਦੇ ਵਿੱਚ 1 ਵਾਰੀ ਲੱਗਦੀ ਹੈ। ਸੋ ਉਹ ਵੀ ਜੇ ਵੈਕਸੀਨ ਹੈ ਜਿਹੜੀ ਲਗਵਾ ਲਈ ਜਾਏ ਤਾਂ ਜਿਹੜਾ ਪਸ਼ੂਆਂ ਦੇ ਵਿੱਚ ਅਸੀਂ ਕਹਿੰਦੇ ਹਾਂ ਵੀ 3ਰੇ ਟ੍ਰਿਮੈਸਟਰ ਦੇ ਵਿੱਚ ਬੱਚਾ ਸੁੱਟ ਜਾਂਦੇ ਹੈ ਉਹ ਜਿਹੜੀ ਬਿਮਾਰੀ ਹੈ ਉਹ ਨਹੀਂ ਹੋ ਸਕੇਗੀ। ਰੂਟੀਨ ਦੇ ਵਿੱਚ ਜਿਹੜਾ ਇਲਾਜ ਉਹ ਤਾਂ ਲਗਾਤਾਰ ਚੱਲ ਹੀ ਰਿਹਾ ਜਿਸ ਤਰ੍ਹਾਂ ਹੈ, ਸੋ ਜਿਵੇਂ ਕੋਈ ਪ੍ਰੋਬਲਮ ਆਉਂਦੀ ਹੈ ਇਮੀਡੀਏਟਲੀ ਜਿਹੜਾ ਪਸ਼ੂ ਪਾਲਣ ਵਿਭਾਗ ਹੈ ਕਪੂਰਥਲਾ ਸਾਡੇ ਅਸੀਂ ਦੇਖ ਰਹੇ ਹਾਂ ਵੀ ਸਾਡੇ ਕੋਲ ਜਿੰਨੇ ਡਾਕਟਰ ਸਾਹਿਬਾਨ ਨੇ ਇਮੀਡੀਏਟਲੀ ਜਿਹੜਾ ਸਾਰਾ ਸਟਾਫ ਹੈ VO ਨੇ VI ਨੇ ਇਮੀਡੀਏਟਲੀ ਇਸ ਕੰਮ ਦੇ ਵਿੱਚ ਜਿਹੜੇ ਅੱਗੇ ਚੱਲ ਪੈਂਦੇ ਨੇ। ਸੋ ਨਾਲ ਦੀ ਨਾਲ ਹੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਇੱਕਦਮ ਇੱਕ ਟੀਮ ਦੀ ਤਰ੍ਹਾਂ ਕੰਮ ਕਰਕੇ ਜਿਹੜਾ ਪਸ਼ੂਆਂ ਨੂੰ ਜਿਹੜੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਹੈ ਉਸ ਤੋਂ ਨਿਜਾਤ ਵੀ ਦਵਾਉਂਦੇ ਆ, ਅਤੇ ਜਿਹੜੀ ਬਿਮਾਰੀ ਦੇ ਨਾਲ ਹੋਣ ਵਾਲੇ ਨੁਕਸਾਨ ਹੈ ਉਹਦੇ ਤੋਂ ਵੀ ਬਚਣ ਦੇ ਵਿੱਚ ਕਾਫੀ ਜ਼ਿਆਦਾ ਸਹਾਈ ਹੁੰਦੇ ਆ।
YouTube channel News DNN by clicking the bell icon. Don't forget to like, comment and share.